ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਹਾਂ ਭਾਵਨਾ। ਐਕਟਰ ਗੋਵਿੰਦਾ ਦੀ ਗੱਲ ਕਰ ਲੈਂਦੇ ਹਾਂ। 2 ਦਿਨ ਪਹਿਲਾਂ ਹੀ ਐਕਟਰ ਗੋਵਿੰਦਾ ਦੇ ਪੈਰ ਤੇ ਗੋਲੀ ਲੱਗੀ ਸੀਗੀ, ਆਪਣੀ ਹੀ ਰਿਵੋਲਵਰ ਦੇ ਨਾਲ ਚੱਲਣ ਗੋਲੀ ਜਿਸੇ ਚੱਲਦੇ ਉਹਨਾਂ ਦੇ ਪੈਰ ਤੇ ਗੋਲੀ ਲੱਗ ਗਈ ਸੀ ਤੇ ਹਸਪਤਾਲ ਦੇ ਵਿੱਚ ਦਾਖਲ ਸੀ ਤੇ ਉਹ ਹੁਣ ਬਿਲਕੁਲ ਠੀਕ ਨੇ ਤੇ ਉਹਨਾਂ ਨੂੰ ਛੁੱਟੀ ਦਾ ਵੀ ਕਿਹਾ ਜਾ ਰਿਹਾ ਸੀਗਾ ਡਾਕਟਰਾਂ ਦੇ ਵੱਲੋਂ ਕਿ ਬੁੱਧਵਾਰ ਯਾਨੀ ਕਿ ਕੱਲ੍ਹ ਉਹਨਾਂ ਨੂੰ ਛੁੱਟੀ। ਸਤਿ ਸ਼੍ਰੀ ਅਕਾਲ, ਮੈਂ ਹਾਂ ਰਮਨਦੀਪ ਜ਼ੀਰਕਪੁਰ ਤੋਂ। ਮੈਂ CM ਭਗਵੰਤ ਮਾਨ ਜੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੇ 600 ਯੂਨਿਟ ਮਾਫ਼ ਕੀਤੀ ਔਰ ਜਿਹਦੇ ਨਾਲ ਸਾਡਾ ਖਰਚੇ ਘੱਟ ਹੋਏ ਔਰ ਪੈਸੇ ਵੀ ਬਚਣੇ ਸ਼ੁਰੂ ਹੋ। ਨਮਸਕਾਰ ਜੀ, ਸਭ ਤੋਂ ਪਹਿਲੇ ਮੈਂ CM ਸਾਹਿਬ ਜੀ ਕਾ ਧੰਨਵਾਦ ਕਰਨਾ ਚਾਹਤਾ ਹੂੰ, ਜਿਨ੍ਹਾਂ ਇਸ ਮਹਿੰਗਾਈ ਕੇ ਦੌਰ ਮੈਂ 600 ਯੂਨਿਟ ਫ੍ਰੀ ਵਾਲੀ ਬਿਜਲੀ ਕੀ ਜੋ ਸਕੀਮ ਚਲਾਈ ਹੈ, ਇਸੇ ਹਮੇਂ ਬਹੁਤ ਰਾਹਤ ਮਿਲੀ ਹੈ। ਇਸ ਚੀਜ਼ ਕੇ ਲੀਏ ਮੈਂ ਦੁਬਾਰਾ ਫਿਰ ਸੇ ਧੰਨਵਾਦ ਕਰਨਾ ਚਾਹਤਾ ਹੂੰ CM ਸਾਹਿਬ ਕਾ। ਹੁਣ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 600 ਯੂਨਿਟ ਬਿਜਲੀ ਮੁਫ਼ਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ। ਮੁਫ਼ਤ ਬਿਜਲੀ ਗਾਰੰਟੀ ਤਹਿਤ 90% ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ 0 ਆ ਰਿਹਾ ਤੇ ਲੋਕ ਇਸ ਬਚਤ ਨਾਲ ਆਪਣੇ ਦੂਸਰੇ ਕੰਮ ਵੀ ਨਿਪਟਾ ਰਹੇ ਨੇ। 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ, 90% ਘਰਾਂ ਨੂੰ ਉਹਦਾ ਫਾਇਦਾ ਹੋਇਆ। ਬਿਜਲੀ ਦੇ ਖੇਤਰ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਇਤਿਹਾਸ 'ਚ ਸ਼ੁਰੂ ਕੀਤੀ ਇਸ ਨਵੀਂ ਪਰੰਪਰਾ ਦੇ ਨਾਲ ਲੋਕ ਬੇਹੱਦ ਖੁਸ਼ ਹਨ। ਮਿਲ ਸਕਦੀ ਹੈ ਪਰ ਉਹਨਾਂ ਨੂੰ ਛੁੱਟੀ ਜਿਹੜੀ ਨਹੀਂ ਮਿਲੀ ਤਾਂ ਉੱਥੇ ਹੀ ਪੁਲਿਸ ਦੇ ਵੱਲੋਂ ਪੂਰੀ ਜਾਂਚ ਜਿਹੜੀ ਹੈ ਇਸ ਮਾਮਲੇ ਤੇ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਇਹ ਪੂਰਾ ਦੇਖਿਆ ਜਾਵੇਗਾ ਕਿ ਸਾਜ਼ਿਸ਼ ਹੈ ਜਾਂ ਕਿਵੇਂ ਇਹ ਪੂਰਾ ਹਾਦਸਾ ਜਿਹੜਾ ਗੋਵਿੰਦੇ ਦੇ ਨਾਲ ਵਾਪਰਿਆ ਹੈ ਤੇ ਇਸ ਪੂਰੀ ਤਹਿਕੀਕਾਤ ਤੋਂ ਬਾਅਦ ਪੂਰੀ ਤਫਤੀਸ਼ ਤੋਂ ਬਾਅਦ ਪੁਲਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਇੱਕ ਹਾਦਸਾ ਹੀ ਸੀ ਕਿਉਂਕਿ ਆਪਣੀ ਹੀ ਰਿਵੋਲਵਰ ਦੇ ਨਾਲ ਜਿਹੜਾ ਇਹ ਗੋਵਿੰਦੇ ਦੇ ਪੈਰ ਤੇ ਗੋਲੀ ਲੱਗੀ ਆ ਤੇ ਉਸ ਤੋਂ ਬਾਅਦ ਕਿ ਹੁਣ ਗੋਵਿੰਦੇ ਦੀ ਸਿਹਤ ਵੀ ਠੀਕ ਆ ਤੇ ਡਾਕਟਰਾਂ ਤੋਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਜਲਦ ਹੀ ਗੋਵਿੰਦੇ ਨੂੰ ਛੁੱਟੀ ਜਿਹੜੀ ਉਹ ਮਿਲ ਸਕਦੀ ਹੈ। ਦੱਸਦੇ ਕਿ 2 ਦਿਨ ਪਹਿਲਾਂ ਹੀ ਗੋਵਿੰਦੇ ਦੇ ਨਾਲ ਇੱਕ ਹਾਦਸਾ ਵਾਪਰਿਆ ਸੀ, ਐਕਟਰ ਗੋਵਿੰਦੇ ਦੇ ਨਾਲ ਹਾਦਸਾ ਵਾਪਰਿਆ ਸੀ, ਆਪਣੀ ਹੀ ਰਿਵੋਲਵਰ ਦੇ ਨਾਲ ਉਹਨਾਂ ਦੇ ਪੈਰ ਤੇ ਗੋਲੀ ਵੱਜ ਗਈ ਸੀ ਜਿਸ ਤੋਂ ਬਾਅਦ ਉਹ ਜ਼ਖਮੀ ਹੋ ਗਏ ਸੀ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਪੁਲਿਸ ਦੇ ਵੱਲੋਂ ਇਹ ਜਾਂਚ ਜਿਹੜੀ ਆ ਕੀਤੀ ਜਾ ਰਹੀ ਸੀ। ਬਾਲੀਵੁੱਡ ਐਕਟਰ ਗੋਵਿੰਦੇ ਨੂੰ ਪੈਰ ਤੇ ਲੱਗੀ ਗੋਲੀ ਤੇ ਕੇਸ ਦੇ ਵਿੱਚ ਪੂਰੀ ਜਾਂਚ ਜਿਹੜੀ ਕੀਤੀ ਗਈ ਹੈ। DSP ਦੀਕਸ਼ਾ ਗੇਦਾਮ ਨੇ ਸਾਫ਼ ਕੀਤਾ ਹੈ ਕਿ ਮਾਮਲਾ ਸਿਰਫ ਹਾਦਸਾ ਹੀ ਹੈ, ਕੋਈ ਸਾਜ਼ਿਸ਼ ਨਹੀਂ ਹੈ ਜਾਂ ਗੜਬੜੀ ਦੀ ਗੱਲ ਨਹੀਂ ਹੈ। ਹਾਲਾਂਕਿ ਹੁਣ ਤੱਕ ਗੋਵਿੰਦੇ ਦਾ ਬਿਆਨ ਸਾਹਮਣੇ ਨਹੀਂ ਆਇਆ ਕਿਉਂਕਿ ਉਹ ਹਸਪਤਾਲ ਦੇ ਵਿੱਚ ਐਡਮਿਟ ਨੇ ਤੇ ਪੁਲਿਸ ਦਾ ਕਹਿਣਾ ਹੈ ਕਿ ਇੱਕ ਹਾਦਸਾ ਹੀ ਸੀ, ਉਹਨਾਂ ਦੀ ਆਪਣੀ ਹੀ ਬੰਦੂਕ ਦੇ ਨਾਲ ਆਪਣੀ ਹੀ ਰਿਵੋਲਵਰ ਦੇ ਨਾਲ ਗੋਲੀ ਚੱਲੀ ਸੀ ਤੇ ਉਹਨਾਂ ਦੇ ਪੈਰ ਤੇ ਲੱਗ ਗਈ ਸੀ ਜਿਸ ਤੋਂ ਬਾਅਦ ਉਹਨਾਂ ਦਾ ਪੈਰ ਜ਼ਖਮੀ ਹੋ ਗਿਆ ਸੀ ਤੇ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਕਈ ਵੱਡੇ ਐਕਟਰ ਵੀ ਉਹਨਾਂ ਦਾ ਹਾਲ ਚਾਲ ਪੁੱਛਣ ਆਏ ਸੀ ਤੇ ਉਹਨਾਂ ਦੇ ਭਾਂਜੇ ਵੱਲੋਂ ਵੀ ਉਹਨਾਂ ਦੇ
ਭਾਂਜ ਵੱਲੋਂ ਵੀ ਉਹਨਾਂ ਦਾ ਹਾਲ ਚਾਲ ਜਿਹੜਾ ਪੁੱਛਿਆ ਗਿਆ ਸੀ ਅਤੇ ਉੱਥੇ ਕਈ ਹੋਰ ਵੱਡੇ ਐਕਟਰ ਵੀ ਉਹਨਾਂ ਦਾ ਹਾਲ ਚਾਲ ਪੁੱਛਣ ਗਏ ਸੀ, ਜਿਵੇਂ ਸ਼ਤਰੂਗਨ ਸਿਨਹਾ ਅਤੇ ਹੋਰ ਕਈ ਵੱਡੇ ਐਕਟਰ ਉਹ ਹਸਪਤਾਲ ਦੇ ਵਿੱਚ ਪਹੁੰਚੇ ਸੀ, ਉਹਨਾਂ ਦਾ ਹਾਲ ਜਾਣਨ ਲਈ ਉੱਥੇ ਪਹੁੰਚੇ ਸੀ ਅਤੇ ਹਾਲ ਪਤਾ ਕੀਤਾ ਸੀ ਅਤੇ ਉੱਥੇ ਹੀ ਹੁਣ ਡਾਕਟਰਾਂ ਦੇ ਵੱਲੋਂ ਵੀ ਉਹਨਾਂ ਨੂੰ ਵੀ ਸਿਹਤ ਜਿਹੜੀ ਆ ਡਾਕਟਰਾਂ ਦੇ ਵੱਲੋਂ ਉਹਨਾਂ ਸਿਹਤ ਬਿਲਕੁਲ ਸਹੀ ਦੱਸੀ ਜਾ ਰਹੀ ਹੈ ਅਤੇ ਜਲਦ ਹੀ ਉਹਨਾਂ ਨੂੰ ਛੁੱਟੀ ਦਾ ਵੀ ਕਿਹਾ ਜਾ ਰਿਹਾ ਕਿ ਜਲਦ ਹੀ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਜਿਹੜੀ ਉਹ ਵੀ ਮਿਲ ਜਾਵੇਗੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।